ਸਤਿ ਸ਼੍ਰੀ ਅਕਾਲ ਮੇਰਾ ਨਾਮ ਪਵਿੱਤਰਪਾਲ ਕੌਰ ਹੈ ਮੈਂ ਸਰਕਾਰੀ ਹਾਈ ਸਕੂਲ ਜੋਹਾਨਕੇ ਖੁਰਦ ਦੇ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਸੱਚਾਈ ਦੀ ਜਿੱਤ ਮੱਖੀ ਮੱਛਰ ਕੀੜੀ ਕਾਂਡਾ ਤਿੱਤਲੀ ਭੰਬਟ ਭੰਬਰਾ ਸ਼ਹਿਦ ਦੀ ਮੱਖੀ ਆ ਛੋਟੇ ਛੋਟੇ ਜੀਵ ਜੰਤੂਆਂ ਵਿੱਚ ਕੋਈ ਨਾ ਕੋਈ ਝਗੜਾ ਜਾਂ ਲੜਾਈ ਹੁੰਦੀ ਰਹਿੰਦੀ ਸੀ ਕਿ ਉਹ ਕਿਸੇ ਵੱਡੇ ਜੀਵ ਜੰਤੂ ਕੋਲ ਇਨਸਾਫ ਕਰਾਉਣ ਜਾਂਦੇ ਤਾਂ ਉਹ ਉਹਨਾਂ ਦੀ ਗੱਲ ਧਿਆਨ ਨਾਲ ਨਾ ਸੁਣਦੇ ਜਿਸ ਕਰਕੇ ਉਹਨਾਂ ਨੇ ਆਪਣੀ ਵੱਖਰੀ ਯੂਨੀਅਨ ਬਣਾ ਲਈ ਇਸ ਯੂਨੀਅਨ ਦਾ ਪ੍ਰਧਾਨ ਸਰਬ ਸੰਮਤੀ ਨਾਲ ਭੰਬਰੇ ਨੂੰ ਚੁਣ ਲਿਆ ਗਿਆ ਹੁਣ ਕਿਸੇ ਦਾ ਕੋਈ ਵੀ ਝਗੜਾ ਹੁੰਦਾ ਤਾਂ ਉਹ ਆਪਣੀ ਯੂਨੀਅਨ ਵਿੱਚ ਆਉਂਦਾ ਭਵਰਾ ਬੜੇ ਧਿਆਨ ਨਾਲ ਦੋਹਾਂ ਦੀ ਗੱਲ ਸੁਣਦਾ ਅਤੇ ਆਪਣਾ ਫੈਸਲਾ ਦੇ ਦਿੰਦਾ ਫੈਸਲਾ ਬਿਲਕੁਲ ਠੀਕ ਹੁੰਦਾ ਇਸ ਕਰਕੇ ਭਵਰੇ ਉੱਪਰ ਸਾਰਿਆਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਇੱਕ ਦਿਨ ਸ਼ਹਿਰ ਦੀਆਂ ਮੱਖੀਆਂ ਭਵਰੇ ਕੋਲ ਸ਼ਿਕਾਇਤ ਲੈ ਕੇ ਆਈਆਂ ਅਸੀਂ ਸਾਰੀਆਂ ਦਿਨ ਵੇਲੇ ਸ਼ਹਿਰ ਇਕੱਠਾ ਕਰਨ ਗਈਆਂ ਸਾਂ ਜਦੋਂ ਆਪਣੇ ਛੱਤੇ ਵਿੱਚ ਵਾਪਸ ਆਉਂਦੀਆਂ ਤਾਂ ਉੱਪਰ ਸਧਾਰਨ ਮੱਖੀਆਂ ਨੇ ਕਬਜ਼ਾ ਕਰਿਆ ਹੋਇਆ ਸੀ ਉਹਨਾਂ ਨੇ ਸਾਨੂੰ ਆਪਣੇ ਛੱਤੇ ਦੇ ਅੰਦਰ ਨਹੀਂ ਜਾਣ ਦਿੱਤਾ ਸਾਡੀ ਸਾਰੀ ਸ਼ਹਿਦ ਵੀ ਛੱਤੇ ਦੇ ਅੰਦਰ ਹੀ ਹੈ ਭਵਰੇ ਸ਼ਹਿਦ ਦੀਆਂ ਮੱਖੀਆਂ ਨਾਲ ਉਹਨਾਂ ਦੇ ਛੱਤੇ ਕੋਲ ਆ ਗਿਆ ਸਧਾਰਨ ਮੱਖੀਆਂ ਭਵਰੇ ਨੂੰ ਵੇਖ ਕੇ ਬਾਹਰ ਆ ਗਈਆਂ ਪਰ ਉਹਨਾਂ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ ਅਤੇ ਇਹ ਰੱਟ ਲਿਆ ਕਿ ਇਹ ਛੱਤਾ ਸਾਡਾ ਹੈ ਅਤੇ ਇਹ ਅਸੀਂ ਇਹਨੂੰ ਬੜੀ ਮਿਹਨਤ ਨਾਲ ਬਣਾਇਆ ਹੈ ਭਵਰੇ ਨੂੰ ਵਿੱਚੋਂ ਦਾ ਪਤਾ ਸੀ ਕਿ ਇਹ ਛੱਤਾ ਕੌਣ ਬਣਾ ਸਕਦਾ ਹੈ ਅਤੇ ਸ਼ਹਿਦ ਕੌਣ ਇਕੱਠੀ ਕਰ ਸਕਦਾ ਹੈ ਪਰ ਉਸ ਨੇ ਬੜੇ ਠਰਮੇ ਤੋਂ ਕੰਮ ਲਿਆ ਲੈਂਦਿਆਂ ਕਿਹਾ ਇਸ ਤਰ੍ਹਾਂ ਕਰੋ ਤੁਸੀਂ ਦੋਵੇਂ ਪਾਰਟੀਆਂ ਇੱਕ ਨਵਾਂ ਛੱਤਾ ਇਸੇ ਦਰਖਤ ਉੱਤੇ ਬਣਾਓ ਮੈਂ ਨਵੇਂ ਛੱਤੇ ਦੀ ਬੁਰਤਨ ਪਹਿਲੇ ਛੱਤੇ ਨਾਲ ਮਿਲਾਵਾਂਗਾ ਫਿਰ ਦੱਸਾਂਗਾ ਕਿ ਇਹ ਛੱਤਾ ਕਿਸ ਦਾ ਹੈ ਸ਼ਹਿਰ ਦੀਆਂ ਮੱਖੀਆਂ ਨੇ ਉਸੇ ਵਕਤ ਭੰਬਰੇ ਨੂੰ ਫੈਸਲਾ ਮਨਜ਼ੂਰ ਕਰ ਦਿੱਤਾ ਅਤੇ ਉਹਨਾਂ ਨੇ ਤੁਰੰਤ ਦਰਖਤ ਦੀ ਇੱਕ ਮਜ਼ਬੂਤ ਟਾਹਣੀ ਵੇਖ ਕੇ ਨਵਾਂ ਛੱਤਾ ਬਣਾਉਣਾ ਸ਼ੁਰੂ ਕਰ ਦਿੱਤਾ ਸਧਾਰਨ ਮੱਖੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ ਜਦੋਂ ਇਹ ਛੱਤਾ ਅਸੀਂ ਬਣਾਇਆ ਤਾਂ ਹੋਰ ਕਿਉਂ ਅਸੀਂ ਬਣਾਈਏ ਉਹਨਾਂ ਦੀ ਗੱਲ ਸੁਣ ਕੇ ਭੰਬਰਾ ਬੋਲਿਆ ਤੁਸੀਂ ਨਵਾਂ ਛੱਤਾ ਬਣਾਉਣ ਲਈ ਤਿਆਰ ਨਹੀਂ ਜਦੋਂ ਕਿ ਸ਼ਹਿਦ ਦੀਆਂ ਮੱਖੀਆਂ ਨੇ ਛੱਤਾ ਬਣਾਉਣਾ ਸ਼ੁਰੂ ਵੀ ਕਰ ਦਿੱਤਾ ਹੈ ਇਸ ਦਾ ਮਤਲਬ ਹੈ ਕਿ ਤੁਹਾਨੂੰ ਛੱਤਾ ਬਣਾਉਣਾ ਨਹੀਂ ਆਉਂਦਾ ਜੇ ਤੁਹਾਨੂੰ ਛੱਤਾ